ਵਾਤਾਵਰਨ ਨੂੰ ਹਰਿਆ ਤੇ ਭਰਿਆ ਰੱਖਣ ਦੇ ਮਕਸਦ ਨਾਲ ਹੁਸ਼ਿਆਰਪੁਰ ਵਿਖੇ ਸਿਵਲ ਪ੍ਰਸ਼ਾਸਨ ਅਤੇ ਜੰਗਲਾਤ ਵਿਭਾਗ ਵੱਲੋਂ ਬੂਟੇ ਲਗਾਉਣ ਦੀ ਮੁਹਿੰਮ ਦਾ ਆਗਾਜ਼ ਕੀਤਾ ਗਿਆ, ਜਿਸ ਦਾ ਸ਼ੁਭ ਆਰੰਭ ਕੈਬਨਿਟ ਮੰਤਰੀ ਪੰਜਾਬ ਬ੍ਰਹਮ ਸ਼ੰਕਰ ਜੀਪਾ ਵੱਲੋਂ ਬੂਟਾ ਲਗਾ ਕੇ ਕੀਤਾ ਗਿਆ। ਜਿਹੜਾ ਫੋਰੈਸਟਰੀ ਹੈ, ਇਹ ਸਾਡੀ ਲਾਈਫ ਲਾਈਨ ਹੈ, ਔਰ ਅੱਜ ਇੱਥੇ ਸਭ ਤੋਂ ਪਹਿਲਾਂ ਜਿਹੜਾ ਦਰਖਤ ਪਿੱਪਲ ਦਾ ਦਰਖਤ ਔਰ ਤ੍ਰਿਵੇਣੀ ਲਗਾਈ ਗਈ ਹੈ, ਔਰ 1.5 ਲੱਖ ਤੋਂ ਜ਼ਿਆਦਾ ਬੂਟੇ ਲਗਾਉਣ ਦਾ ਪ੍ਰੋਗਰਾਮ ਜਿਹੜਾ ਹੈਗਾ ਹੁਸ਼ਿਆਰਪੁਰ ਵਿਧਾਨ ਸਭਾ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਪੂਰੇ, ਇਹ ਇੱਕ ਬਹੁਤ ਵੱਡਾ ਪ੍ਰੋਗਰਾਮ ਹੈ। ਪੰਜਾਬ ਨੂੰ ਹਰਾ ਭਰਾ ਬਣਾਉਣ ਦੇ ਲਈ ਸਾਡੇ ਬਹੁਤ ਹੀ ਮਾਨਯੋਗ ਲੋਕਪ੍ਰਿਯ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਜਿਹੜਾ ਵਿਜ਼ਨ ਹੈ ਕਿ ਪੰਜਾਬ ਨੂੰ ਹਰੇਕ ਪਾਸਿਓਂ ਹਰੇਕ ਪੱਖੋਂ, ਕਿਉਂਕਿ ਪੰਜਾਬ 'ਚ ਰਕਬੇ ਦੇ ਮੁਤਾਬਿਕ ਫੋਰੈਸਟ ਬਹੁਤ ਘੱਟ ਹੈ ਹਾਲ ਤੱਕ ਵੀ, ਬਾਕੀ ਸਟੇਟਾਂ ਨਾਲੋਂ ਬਹੁਤ ਜ਼ਿਆਦਾ ਆ, ਲੇਕਿਨ ਜਿੰਨੇ ਰਕਬੇ ਦੇ ਮੁਤਾਬਿਕ ਚਾਹੀਦੀ ਹੈ ਤਾਂ ਉਸ ਟੀਚੇ ਨੂੰ ਮੁੱਖ ਰੱਖਦਿਆਂ ਕੱਲ੍ਹ ਸਾਡੇ ਫੋਰੈਸਟ ਦੇ ਮੰਤਰੀ ਮੇਰੇ ਕੋਲ ਬੈਠੇ ਵੀ ਰਹੇ, ਉਹਨਾਂ ਕਹਿੰਦੇ ਅਸੀਂ ਬਹੁਤ ਜ਼ਿਆਦਾ ਟੀਚਾ ਰੱਖਿਆ ਪੂਰੇ ਪੰਜਾਬ ਦੇ ਲਈ ਕਟਾਰੂ ਚੱਕ ਸਾਹਿਬ, ਅਤੇ ਅੱਜ ਮੈਂ ਦੇਖ ਰਿਹਾ ਤਕਰੀਬਨ ਸਾਰੀਆਂ ਸਭ ਲੋਕ ਪੰਚਾਇਤਾਂ ਆਪਣੇ ਆਪਣੇ ਲੈਵਲ 'ਤੇ ਸਾਡੇ ਮਾਨਯੋਗ ਫੋਰੈਸਟ ਦੇ ਜਿਹੜੇ ਆਫਿਸਰ ਸਾਹਿਬਾਨ ਹੈ, ਤਿਵਾੜੀ ਸਾਹਿਬ, ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਲ ਜੀ, ਇਹਨਾਂ ਦੀ ਸਾਰੀ ਟੀਮ, ADC ਰਾਹੁਲ ਚਾਬਾ ਜੀ, ਸਾਰੀ ਟੀਮ ਜਿਹੜੀ ਮੌਜੂਦ ਹੈ, ਪਿੰਡ ਦੇ ਸਰਪੰਚ ਪੰਚ ਇੱਥੇ ਅੱਗੇ ਹੋ ਕੇ ਜਿਹੜਾ ਇੰਨਾ ਕੰਟਰੀਬਿਊਟ ਕਰਕੇ, ਇਹ ਆਉਣ ਵਾਲੀਆਂ ਜਨਰੇਸ਼ਨ ਨੂੰ ਅਗਰ ਅਸੀਂ ਕੁਛ ਦੇ ਸਕਦੇ ਹਾਂ ਤਾਂ ਦਰਖਤ ਬਹੁਤ ਬੜੀ ਚੀਜ਼ ਹੈ। ਅੱਜ ਆਪਾਂ ਕਿੱਥੇ ਬੂਟੇ ਲਗਾਉਣ ਆਏ ਹੈਗੇ ਹਾਂ? ਅਸੀਂ ਅੱਜ ਚੋਹਾਲ ਔਰ ਦਾੜੇ ਲਗਾ ਰਹੇ ਹਾਂ, ਦਾੜੇ ਦੋਵਾਂ ਫੋਰੈਸਟ ਦੇ ਇਲਾਕਿਆਂ ਦੇ ਵਿੱਚ ਜਾ ਕੇ ਬੂਟੇ ਲਗਾ ਰਹੇ ਹਾਂ, ਔਰ ਵੱਧ ਤੋਂ ਵੱਧ, ਔਰ ਇਸ ਤੋਂ ਬਾਅਦ ਅਸੀਂ ਤਾਂ ਇੱਕ ਸ਼ੁਰੂਆਤ ਕੀਤੀ ਹੈ ਕੱਚੀ, ਔਰ ਉਸ ਤੋਂ ਬਾਅਦ ਮੈਨੂੰ ਲੱਗਦਾ ਸਾਰੀਆਂ NGO ਜਥੇਬੰਦੀਆਂ ਪਿੰਡ ਦੀਆਂ ਪੰਚਾਇਤਾਂ ਸਭ ਰਲ ਕੇ ਇਹਨੂੰ ਬੂਟੇ ਇਹਨੂੰ ਟਾਸਕ ਨੂੰ ਪੂਰਾ ਕਰਦੇ। ਦੇਖਭਾਲ ਫੋਰੈਸਟ ਦੇ ਔਰ ਪੰਚਾਇਤ ਦੀ ਜ਼ਿੰਮੇਵਾਰੀ ਹੋਏਗੀ। ਦੇਖੋ ਬੂਟੇ ਨੂੰ ਅਗਰ ਲੱਗਦਾ ਤਾਂ ਇਟ ਮੀਨਸ ਇਲਾਕੇ ਦੇ ਲੋਕਾਂ ਨੂੰ ਉਹਦੀ ਦੇਖਭਾਲ ਕਰਨੀ ਪੈਂਦੀ, ਜੇ ਕਾਰਪੋਰੇਸ਼ਨ ਲਾਉਂਦੀ ਤਾਂ ਕਾਰਪੋਰੇਸ਼ਨ ਦਾ ਇਲਾਕਾ ਹੁੰਦਾ, ਉਹਦੀ ਜ਼ਿੰਮੇਵਾਰੀ ਬਣਦੀ ਹੈ, ਜੇ ਪਿੰਡ ਦਾ ਇਲਾਕਾ ਤਾਂ ਪੰਚਾਇਤ ਦੀ ਜ਼ਿੰਮੇਵਾਰੀ ਆ ਜਾਂਦੀ ਹੈ ਕਿ ਬੂਟਾ ਪਾਈਏ ਅਸੀਂ ਆਪਣੇ ਬੂਟਿਆਂ ਬੱਚਿਆਂ ਨੂੰ ਦੇ ਕੇ ਜਾਣਾ। ਸਰ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਆ ਰਹੇ ਆ ਜਲਦੀ। ਹਾਂਜੀ ਮੈਡਮ, ਮਾਨਯੋਗ CM ਸਾਹਿਬ ਸ਼੍ਰੀ ਭਗਵੰਤ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਇੱਕ ਬਹੁਤ ਹੀ ਵੱਡੇ ਪੱਧਰ 'ਤੇ ਪਲਾਂਟੇਸ਼ਨ ਕਰ ਰਹੇ ਹਾਂ। ਅਸੀਂ ਅੱਜ ਦੇ ਦਿਨ ਦੇ ਅੰਦਰ ਅੰਦਰ 1.5 ਲੱਖ ਬੂਟਾ ਹੁਸ਼ਿਆਰਪੁਰ ਦੇ ਵਿੱਚ ਲਗਾ ਰਹੇ ਹਾਂ, ਜਿੱਥੇ ਲਗਭਗ 1 ਲੱਖ ਤੋਂ ਉੱਤੇ ਉੱਟਾ ਫੋਰੈਸਟ ਦੀ ਉੱਤੇ ਬੂਟਾ ਫੋਰੈਸਟ ਦੀ ਜ਼ਮੀਨ 'ਤੇ ਲੱਗੇਗਾ, ਅਤੇ ਬਹੁਤ ਸਾਰੀ ਪੰਚਾਇਤਾਂ ਦੀ ਜ਼ਮੀਨ ਦੇ ਉੱਤੇ ਵੀ ਬੂਟੇ ਲਗਾਏ ਜਾ ਰਹੇ ਨੇ। ਲਗਭਗ 34,000 ਬੂਟੇ ਪੰਚਾਇਤਾਂ ਦੀ ਜ਼ਮੀਨ 'ਤੇ ਲਗਾਏ ਜਾ ਰਹੇ। ਅਸੀਂ ਇਹ ਸਾਰਾ ਕੰਮ ਮਾਨਯੋਗ ਮੰਤਰੀ ਸਾਹਿਬ ਦੀ ਅਗਵਾਈ ਹੇਠ ਫੋਰੈਸਟ ਕੰਜ਼ਰਵੇਟਰ ਸੰਦੀਪ ਤਿਵਾਰੀ ਸਰ ਦੀ ਰਹਿਨੁਮਾਈ ਹੇਠ ਕਰ ਰਹੇ। ਇਸ ਦੇ ਵਿੱਚ ਫੋਰੈਸਟ ਡਿਪਾਰਟਮੈਂਟ ਨੇ ਸਾਡਾ ਬਹੁਤ ਸਾਥ ਦਿੱਤਾ ਹੈ, ਜਿੱਥੇ ਸਾਰੇ ਬੂਟੇ ਪੰਚਾਇਤੀ ਜ਼ਮੀਨ ਦੇ ਲਈ ਵੀ ਫੋਰੈਸਟ ਡਿਪਾਰਟਮੈਂਟ ਵੱਲੋਂ ਅਵੇਲੇਬਲ ਕਰਾਏ ਗਏ ਨੇ। ਉੱਥੇ ਹੀ ਅਸੀਂ ਸਾਰਾ ਕੰਮ ਇਹ ਨਰੇਗਾ ਦੇ ਤਹਿਤ ਕਰਾ ਰਹੇ। ਨਰੇਗਾ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੀ ਲੇਬਰ ਇੱਥੇ ਲੱਗੀ ਹੈ, ਅਤੇ ਵੱਖ ਵੱਖ ਥਾਵਾਂ 'ਤੇ ਨਰੇਗਾ ਦੀ ਲੇਬਰ ਵੀ ਲੱਗੇਗੀ। ਇਸੇ ਤਰ੍ਹਾਂ ਵੱਖ ਵੱਖ ਡਿਪਾਰਟਮੈਂਟਸ ਦੇ ਕੋਆਰਡੀਨੇਸ਼ਨ ਨਾਲ ਇਹ ਪਲਾਂਟੇਸ਼ਨ ਡਰਾਈਵ ਕੀਤੀ ਜਾ ਰਹੀ ਹੈ, ਅਤੇ ਹੁਣ ਵੀ ਮੀਡੀਆ ਵੱਲੋਂ ਸਵਾਲ ਕੀਤਾ ਗਿਆ ਕਿ ਇਹਨਾਂ ਦੀ ਦੇਖਭਾਲ ਕੌਣ ਕਰੇਗਾ। ਜਿੱਥੇ ਬੂਟੇ ਲੱਗ ਰਹੇ ਹੈ ਸੰਬੰਧਿਤ, ਅਸੀਂ ਸਾਰੀ ਪੰਚਾਇਤਾਂ ਨੂੰ, ਫੋਰੈਸਟ ਡਿਪਾਰਟਮੈਂਟ ਨੂੰ, ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਬੂਟੇ ਅਸੀਂ ਲਗਾ ਕੇ ਉਹਨਾਂ ਦੀ ਦੇਖਭਾਲ ਜ਼ਰੂਰ ਕਰੀਏ। ਨਰੇਗਾ ਦੇ ਵਿੱਚ ਸਾਡੇ ਕੋਲ ਪ੍ਰੋਵੀਜ਼ਨ ਹੁੰਦਾ ਹੈ 1 ਸਾਲ ਤੱਕ ਉਸ ਬੂਟੇ ਦੀ ਅਸੀਂ ਦੇਖਭਾਲ ਕਰਦੇ ਹਾਂ ਤਾਂ ਕਿ ਉਸਦਾ ਸਰਵਾਈਵਲ ਰੇਟ ਬਣਾ ਰਹੇ। ਮੈਂ ਇਸ ਦੇ ਨਾਲ ਨਾਲ ਸਮੂਹ ਹੁਸ਼ਿਆਰਪੁਰ ਜ਼ਿਲ੍ਹੇ ਦੀ NGOs ਨੂੰ, ਯੂਥ ਕਲੱਬਸ ਨੂੰ, ਸਕੂਲ ਦੇ ਬੱਚਿਆਂ ਨੂੰ ਵੀ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਅਸੀਂ ਦੇਖ ਰਹੇ ਹਾਂ ਹੁਣ ਮੌਸਮ ਵੀ ਕਿਸ ਤਰ੍ਹਾਂ ਚੇਂਜ ਹੋ ਰਿਹਾ ਹੈ। ਅਸੀਂ ਇਨਵਾਇਰਮੈਂਟ ਨੂੰ ਬਚਾ ਕੇ ਰੱਖਣ ਲਈ ਸਾਡੇ ਕੋਲ ਇੱਕ ਇਹੀ ਤਰੀਕਾ ਹੈ ਕਿ ਅਸੀਂ ਵੱਧ ਤੋਂ ਵੱਧ ਪਲਾਂਟੇਸ਼ਨ ਕਰੀਏ, ਤਾਂ ਕਿ ਆਉਣ ਵਾਲੇ ਸਮਾਂ ਦੇ ਵਿੱਚ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ ਨੂੰ ਇੱਕ ਹਰਾ ਭਰਾ ਇਨਵਾਇਰਮੈਂਟ ਛੱਡ ਕੇ ਜਾਈਏ ਉਹਨਾਂ ਲਈ, ਨਾ ਹੀ ਕਿ ਇੱਕ ਉਜੜਾ ਹੋਇਆ ਇਨਵਾਇਰਮੈਂਟ ਜਿਸ ਦੇ ਵਿੱਚ ਕੋਈ ਰਹਿਣਾ ਨਹੀਂ ਚਾਹੁੰਦਾ।